ਦਾ 72ਵਾਂ ਆਜ਼ਾਦੀ ਦਿਹਾੜਾ ਜਿੱਥੇ ਪੂਰੇ ਦੇਸ਼ ਦੇ ਵਿੱਚ ਉਤਸ਼ਾਹਪੂਰਕ ਮਨਾਇਆ ਗਿਆ, ਉੱਥੇ ਭਾਰਤ ਪਾਕਿਸਤਾਨ ਅਟਾਰੀ ਸਰਹੱਦ ਤੇ ਰਿਟਰੀਟ ਸੈਰੇਮਨੀ ਮੌਕੇ ਵੀ ਅਲੱਗ ਹੀ ਨਜ਼ਾਰਾ ਵੇਖਣ ਨੂੰ ਮਿਲਿਆ। ਜਿੱਥੇ ਤਪਦੀ ਗਰਮੀ ਦੇ ਬਾਵਜੂਦ ਵੱਡੀ ਤਾਦਾਦ ਦੇ ਵਿੱਚ ਦੇਸ਼ ਪ੍ਰੇਮੀ ਇੱਥੇ ਪੁੱਜੇ। ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਆਏ ਲੋਕਾਂ ਨੇ ਹੱਥ ਵਿੱਚ ਤਿਰੰਗੇ ਫੜ ਕੇ ਹਿੰਦੁਸਤਾਨ ਜ਼ਿੰਦਾਬਾਦ ਅਤੇ ਭਾਰਤ ਮਾਤਾ ਕੀ ਜੈ ਦੇ ਨਾਰੇ ਲਾ ਕੇ ਦੇਸ਼ ਪ੍ਰੇਮ ਦਾ ਇਜ਼ਹਾਰ ਕੀਤਾ। ਬੀਐਸਐਫ ਦੇ ਡਾਇਰੈਕਟਰ ਜਨਰਲ ਕੇਕੇ ਸ਼ਰਮਾ ਅਤੇ ਭਾਰਤੀ ਕ੍ਰਿਕਟਰ ਸੁਰੇਸ਼ ਰੈਨਾ ਸਮੇਤ ਕਈ ਸ਼ਖਸੀਅਤਾਂ ਵੀ ਇਸ ਮੌਕੇ ਮੌਜੂਦ ਰਹੀਆਂ। ਇਸ ਮੌਕੇ ਬੀਐਸਐਫ ਮੁਖੀ ਨੇ ਦੇਸ਼ ਵਾਸੀਆਂ ਨੂੰ ਸੁਤੰਤਰਤਾ ਦਿਹਾੜੇ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਨਾਲ ਹੀ ਕਿਹਾ ਕਿ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਬੀਐਸਐਫ ਹਰ ਵੇਲੇ ਤਿਆਰ ਹੈ। 72ਵੇਂ ਸੁਤੰਤਰਤਾ ਦਿਵਸ ਕੀ ਵਧਾਈ ਦੇਤਾ ਹੂੰ, ਆਪ ਸਭ ਕੋ ਧੰਨਵਾਦ ਦੇਤਾ ਹੂੰ ਕਿ ਆਪ ਯਹਾਂ ਆਏ ਔਰ ਆਪਨੇ ਇਸ ਸ਼ਾਨਦਾਰ ਇਵੈਂਟ ਕੋ ਕਵਰ ਕੀਆ। ਜੈਸਾ ਆਪ ਲੋਗੋਂ ਕੋ ਵਿਦਿਤ ਹੈ, ਬੀਐਸਐਫ ਇਜ਼ ਦੀ ਫਸਟ ਲਾਈਨ ਆਫ ਡਿਫੈਂਸ ਐਂਡ ਇਜ਼ ਗਾਰਡਿੰਗ ਦੀ ਟੂ ਵੈਰੀ ਇੰਪੋਰਟੈਂਟ ਬਾਰਡਰਸ ਆਫ ਪਾਕਿਸਤਾਨ ਐਂਡ ਬਾਂਗਲਾਦੇਸ਼। ਦੇਰ ਆਰ ਏ ਨੰਬਰ ਆਫ difficulties, there is very difficult terrain starting from the snow-capped mountains of Kashmir to the hot deserts of Rajasthan to the marshy lands of Gujarat. In all these difficult climatic conditions BSF is performing its duty very well. ਰਿਟਰੀਟ ਸੈਰੇਮਨੀ ਮੌਕੇ ਮਾਹੌਲ ਸੰਗੀਤਮਈ ਹੋ ਗਿਆ ਜਦੋਂ ਮਸ਼ਹੂਰ ਗਾਇਕ ਕੈਲਾਸ਼ ਖੇਰ ਨੇ ਇੱਥੇ ਸਮਾਂ ਬੰਨਿਆ ਅਤੇ ਆਪਣੇ ਸੁਰਾਂ ਦੇ ਜਾਦੂ ਦੇ ਨਾਲ ਦੇਸ਼ ਪ੍ਰੇਮ ਤਾਂ ਜਗਾਇਆ ਹੀ, ਨਾਲ ਹੀ ਨਾਲ ਲੋਕਾਂ ਨੂੰ ਤਾੜੀਆਂ ਮਾਰਨ ਤੇ ਵੀ ਮਜਬੂਰ ਕਰ ਦਿੱਤਾ। ਦੈਨਿਕ ਸਵੇਰਾ ਲਈ ਵਾਹਗਾ ਬਾਰਡਰ ਤੋਂ ਰਾਜੀਵ ਸ਼ਰਮਾ ਦੀ ਰਿਪੋਰਟ।